ਰਹੀਮ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਅਸਗਰ ਗੁਜਰ। ਤੁਸੀਂ ਵੇਖ ਰਹੇ ਜੀ ਗੁਜਰ ਟੀ ਵੀ ਆਰਫ ਵਾਲਾ, ਹਰ ਰੋਜ਼ ਬਿਹਤਰੀਨ ਅਤੇ ਆਲਾ ਕੁਆਲਿਟੀ ਜ਼ਰੂਰ ਲੈ ਕੇ ਦੋਸਤਾਂ ਵਿੱਚ ਚੱਲ ਰਹੀ ਦਾ। ਅੱਜ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਇੱਕ ਮਾਈ ਦੀ ਵੀਡੀਓ ਲੈ ਕੇ ਦੋਸਤਾਂ ਵਿੱਚ ਚੱਲ ਰਹੇ ਹਾਂ। ਦੋਸਤ ਮੱਝਾਂ ਰੋਜ਼ ਹੀ ਵੇਖਦੇ ਆ, ਬਾਹਰ ਮਾਈ ਨੇ ਚੜਾਈਆਂ ਜਾਂ ਵੱਡੀ ਮੱਝ ਦੋਸਤਾਂ ਨੇ ਆ ਵੇਖ ਲੈਣੀ। ਬੜਾ ਸਾਰਾ ਮਾਈ ਨੂੰ ਕੱਦ ਆ, ਹੱਡੀ ਮਾਈ ਨੂੰ ਇੱਕ ਆ, ਲਿਬਾਸ ਮਾਈ ਨੂੰ ਚੀਰਵਾਂ ਵਾ, ਖੱਬਾ ਕੁੰਡਾ ਮਾਈ ਨੂੰ ਸਿੰਘ ਆ, ਬੂਥੀ ਬਿਲਕੁਲ ਬਰੀਕ ਆ। ਸਾਰੀ ਮਾਈ ਸ਼ੌਕ ਨੂੰ ਦੋਸਤਾਂ ਵੇਖਣੀ, ਮਾਈ ਦੇ ਮਗਰ ਕੱਟਾ ਵਾ, ਜੱਤ ਆ ਸਾਰੀ ਮਾਈ ਨੂੰ, ਕਿੰਗਰੀ ਵਾਲਾ ਸਿੰਘ ਆ, ਥਣ ਬੜਾ ਪੁੱਠ ਪੁੱਠ ਦਾ। ਫਿਰ ਬਰੀਕ ਮੱਝ ਇੰਨੀ ਆ ਕਿ ਪਿਓਰ ਜਾਂਗਲੀ ਮੱਝ ਆ, ਪਿੱਛੋਂ ਮੱਝ ਚੌੜੀ ਆ, ਅਗਲਿਆਂ ਮੁੰਡਿਆਂ ਤੋਂ ਮਾਈ ਪਤਲੀ ਹੁੰਦੀਆਂ। ਲਿਬਾਸ ਮਾਈ ਨੂੰ ਸੋਹਣਾ ਅਤੇ ਪੱਧਰ, ਮੈਂ ਦੋਸਤਾਂ ਵੇਖਣਾ ਇਨਸ਼ਾਅੱਲਾ। ਦੁੱਧ ਮਾਈ ਕੋ ਬੜਾ ਚੰਗਾ, ਕੁਸ਼ਨ ਮਾਈ ਦੀ ਬਿਲਕੁਲ ਬਰੀਕ ਧਾਗਿਆਂ ਵਰਗੀ ਵੱਡੀ ਮੱਝ ਆ, ਛੋਟੀ ਨਹੀਂ। ਕਈ ਦੋਸਤਾਂ ਦੇ ਵੀਡੀਓ ਵਿੱਚ ਨਹੀਂ ਪਤਾ ਲੱਗਦਾ, ਲੇਕਿਨ ਇਹ ਮਾਈ ਨੂੰ ਕੱਦ, ਟਾਕਾਂ, ਪੱਟ ਇਨਸ਼ਾਅੱਲਾ ਪੂਰੇ ਆ। ਧੌਣ ਮੱਝ ਨੂੰ, ਕਵਾਇਆ ਨਹੀਂ ਮੱਝ ਨੂੰ, ਬਰੀਕੀ ਮਾਈ ਕੋ ਪੂਰੀ ਬਿਲਕੁਲ। ਅਤੇ ਨੌ ਮਾਈ ਦੇ ਦੋਸਤਾਂ ਵੇਖਣਾ ਬਿਲਕੁਲ ਕਸੇ ਆ, ਕਿੰਨਾ ਕੁ ਪੈਰ ਬਣੇ, ਇਹ ਤੁਰ ਫਿਰ ਕੇ ਮਾਈ ਇਨਸ਼ਾਅੱਲਾ ਫੜੀ ਹੋਈ ਆ। ਜਿਹੜੀ ਜਿਹੜੀ ਜੈਨੂਅਨ ਜੈਨੂਅਨ ਮੱਝ ਸਾਰੀ, ਧੁੰਨੀ ਵਾਲੀ ਥਾਂ 'ਤੇ ਕੋਈ ਨਿਸ਼ਾਨ ਨਹੀਂ, ਮਾਸ਼ਾਅੱਲਾ। ਕੱਟਾ ਮਾਈ ਦੇ ਮਗਰ, ਅੱਜ ਕਿੰਨੇ ਦਿਨ ਫਸਲ ਸੂਈ ਆ? ਅੱਜ ਤੀਸਰਾ ਦਿਨ ਆ, ਤਿੰਨਾਂ ਦਿਨਾਂ 'ਚ ਮਾਈ ਸੂਈ ਹੋ ਕੇ, ਮਾਈ ਦੀ ਲੰਬਾਈ ਜਾਂ ਫੁੱਲ ਪਿੱਛੇ ਹਟਿਆ, ਕੋਈ ਜ਼ੂਮ ਨਹੀਂ ਕੈਮਰਾ, ਲੇਕਿਨ ਮਾਈ ਦੀ ਪਿੱਛੋਂ ਉੱਠਦੀ ਆ, ਅੱਗੋਂ ਮਾਈ ਲਾਊਗਾ ਸਿੰਘ ਮਾਈ ਨੂੰ ਬਰੀਕ ਕਿੰਗਰੀ ਵਾਲਾ ਬਿਲਕੁਲ। ਅਤੇ ਇਨਸ਼ਾਅੱਲਾ ਭਲਵਾਨਾਂ ਤੇਰਾ ਮਾਈ ਟੁੱਟਦੀ ਆ, ਥਣ ਮਾਈ ਨੂੰ ਬੇਕੀਮਤਾਂ, ਅਤੇ ਚੋਣ ਮਾਈ ਨੂੰ ਇਸੇ ਤਰ੍ਹਾਂ ਬੜਾ ਸੋਹਣਾ। ਅਸਲ ਪਿਛਲੇ ਪਾਸੇ ਬਰਾਬਰ ਹੋਈ ਮਾਈ ਦੇ ਹੱਡੀਆਂ ਦੇ, ਐਮ ਆਈ ਦੋਸਤ ਵੇਖ ਲਈ, ਬੜਾ ਸਾਰਾ ਕੱਦ ਵੱਡੇ 'ਚ ਸੂ ਮਾਈ ਨਿੱਕੀ ਜੀ, ਚੀਰਵਾਂ ਬਟਨਾਂ ਵਾਲਾ ਲਿਬਾਸ ਸੋਹਣਾ, ਕੱਦ ਮਾਈ ਨੂੰ ਬਹੁਤਾ ਹੀ ਵੱਡਾ ਵਾ ਅਤੇ ਬਹੁਤਾ ਹੀ ਸੋਹਣਾ, ਮਾਸ਼ਾਅੱਲਾ। ਮੱਥਾ ਥੋੜ੍ਹਾ ਜਿਹਾ ਸਫੈਦ ਆ, ਅੱਖਾਂ ਕਾਲੀਆਂ, ਕੱਟਾ ਮਾਈ ਦੇ ਮਗਰ ਬੜਾ ਪਿਆਰਾ, ਤਿੰਨਾਂ ਦਿਨਾਂ ਦੀ ਮਾਈ ਸੂਈ ਆ। ਅਫਸਲ ਹਾਲ ਟਾਈਮ ਕਿੰਨਾ ਮਾਈ ਕੋ ਦੁੱਧ ਹੋਣਾ? 14 ਸਿਰ, ਇਸ ਤਰ੍ਹਾਂ ਕੋਈ ਸ਼ੱਕ ਨਹੀਂ। ਬੋਲ 'ਚ ਮਾਈ ਫਿਰਦੀ ਹੁਣ ਵੀ 14 ਕਿਲੋ ਮਾਈ ਕੋ ਦੁੱਧ, ਲੇਕਿਨ ਮਾਈ ਵੱਡੀ ਜਾਂ ਬੜੀ ਵੱਡੀ ਮੱਝ ਆ। ਅੱਛਾ, 20-22 ਕਿਲੋ ਦੁੱਧ ਚੁਆਏਗੀ। ਹੁਣ ਜਿਹੜੇ ਭਰਾ ਦੇ ਲਓ ਇੱਥੇ ਆ ਕੇ 14 ਲੀਟਰ ਚੋਲ ਵਿਆਹ ਦਾ, ਅਗਾੜੀ ਮਾਈ ਨੂੰ ਹੁਣ ਹਾਲ ਟਾਈਮ ਕਿੰਨੀ ਹੋਏਗੀ? ਹੋਏਗੀ 2 ਕਿਲੋ, 2 ਕਿਲੋ ਤੋਂ ਜ਼ਿਆਦਾ ਹੋਵੇ, ਇਸ ਗੱਲ ਦੀ ਵੀ ਗਰੰਟੀ ਇਨਸ਼ਾਅੱਲਾ। 2 ਕਿਲੋ ਅਗਾੜੀ ਮਾਈ ਦੀ ਪੱਕੀ ਅਤੇ ਗਰੰਟੀ ਵਾਲੀ, ਫਿਰ ਮਾਈ ਦਾ ਚਿਹਰਾ ਕੱਢ, 2-3 ਡੰਗ ਜੋ ਹੋਵੇ, 14 ਕਿਲੋ ਦੁੱਧ ਪੂਰਾ ਕਰੇ, ਸ਼ਟਾਂਕੀ ਘੱਟ ਹੋਵੇ ਨਾਲ ਜਾਵੇ, ਦੁੱਧ ਦੱਸੀਏ 20 ਕਿਲੋ ਨਹੀਂ, 14 ਕਿਲੋ ਦੁੱਧ ਆ ਤਾਂ 14 ਹੀ ਹੋਏਗਾ ਇਨਸ਼ਾਅੱਲਾ। ਕੋਈ ਦੋਸਤ ਆਏ ਬਿਆਨਾ ਕਰੇ, 2-3 ਚੁਆਈਆਂ ਕਵੇ ਤਾਂ ਨਾਪ ਤੋਲ ਕੇ ਦੇ, 14 ਕਿਲੋ ਦੁੱਧ ਦੀ ਗਰੰਟੀਆਂ, ਮਾਈ ਦਾ ਕੱਟਾ ਮਗਰ। ਅੱਛਾ, ਫਸਲ ਦਾ ਕਿੰਨਾ ਕੁ ਮੁੱਲ ਆ? ਨਹੀਂ ਨਹੀਂ, ਜਿੰਨੇ ਦੀ ਆਪਾਂ ਨੂੰ ਫਾਈਨਲ ਦੇਣੀ, ਇੱਕੋ ਹੀ ਗੱਲ ਜਿਹੜੀ ਜਿਹ 'ਚ 100 ਨਹੀਂ ਛੱਡਣਾ, ਫੁੱਲ ਪਿਆਰ ਉਮਰ ਕਰਕੇ 5 ਲੱਖ। ਠੀਕ ਹੋ ਗਿਆ, ਬੜੀ ਸੋਹਣੀ ਗੱਲ। ਲਓ ਦੋਸਤੋ, ਮੱਝ ਚੈੱਕ ਕਰਨੀ ਆ, ਰੇਟ ਬਿਲਕੁਲ ਮੁਨਾਸਿਬ, ਮਕੂਲ ਅਤੇ ਜਾਇਜ਼, ਮੱਝ ਚੰਗੀ ਇਨਸ਼ਾਅੱਲਾ। ਅਤੇ ਰੇਟ 6.5 ਅਤੇ ਜਿਹੜਾ ਫਾਈਨਲ ਰੇਟ ਆ ਉਹ ਦੋਸਤਾਂ ਨੂੰ ਪਤਾ ਕਿ ਰੇਟ ਇਨਸ਼ਾਅੱਲਾ ਫਾਈਨਲ ਅਤੇ ਮੁਨਾਸਿਬ ਹੁੰਦੇ। ਰੇਟ 6.5 ਲੱਖ, ਫਾਈਨਲ ਰੇਟ 5,80,000 ਰੁਪਈਆ। ਜਿਹੜੇ ਦੋਸਤ ਨੂੰ ਚੁਆਈ ਚਾਹੀਦੀ ਹੋਵੇ, 5 ਤੋਂ 5 ਇਨਸ਼ਾਅੱਲਾ ਕਰ ਕਰ ਖਾਵਾਂਗੇ, 14 ਕਿਲੋ ਦੁੱਧ ਬਣਾਵਾਂਗੇ।
ਤਿੰਨਾਂ ਦਿਨਾਂ ਦੀ ਮਾਈਨਸ ਹੋਈ ਹੋਵੇ ਉਸ ਗੱਲ ਦੀ ਵੀ ਗਰੰਟੀ ਤੇ ਹਲਫਨ ਕਰਨਾਟਕ ਸ਼ੁਰੂ ਵਿੱਚ ਦਾ ਬਿਲਕੁਲ ਹਰਾ ਹੋਇਆ 580,000। ਉਮੀਦ ਕਰਨਾ ਕਿ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ, ਵੀਡੀਓ ਪਸੰਦ ਆਉਂਦੀ ਯਾਰਾਂ ਦੋਸਤਾਂ ਨਾਲ ਸ਼ੇਅਰ, ਜਿਹਨਾਂ ਦੋਸਤਾਂ ਨੇ ਸਾਡਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ, ਪਿਛਲਾ ਪਾਸਾ ਮਾਇਨ ਦੋਸਤਾਂ ਵੇਖਣਾ, ਬੜਾ ਸੋਹਣਾ ਵਾ ਕੱਦ ਮਾਇਨ ਫੁੱਲ ਵੱਡਾ ਵਾ, ਐਂਚੀ ਟੇਪ ਕਹਿ ਕੇ ਦੋਸਤ ਵੀਰ ਕੁਮਾਰ ਨੂੰ ਤਾਂ ਇਨਸ਼ਾਅੱਲਾ ਤਾਂ ਵੀ ਮੱਝ 5.5-5 ਫੁੱਟ ਤੋਂ ਬਾਹਰ ਹੋਏਗੀ, ਫਿਰ ਮੱਝ ਦੀਆਂ ਢਾਕਾਂ ਮੱਝ ਦੀ ਬਰੀਕੀ ਅੱਲਾ ਦੇ ਕੋਣਾ ਪੂਰੀ ਚੁਆਈ ਵੀ ਇਨਸ਼ਾਅੱਲਾ ਜਿਹੜੇ ਭਰਾ ਦੇ ਲਵੇ ਸਾਡੇ ਕੋਲ ਮੰਗਾ ਸਕਦਾ 5 ਤੋਂ 5 ਚੁਆਈ 14 ਕਿਲੋ ਦੁੱਧ ਆ ਤਾਂ 14 ਹੀ ਹੋਏਗਾ ਇਨਸ਼ਾਅੱਲਾ, ਸਟਾਂਗ ਘੱਟ ਹੋਵੇ ਆਉਣ ਜਾਣ ਦਾ ਕਿਰਾਇਆ ਦੇਵਾਂਗੇ, ਕਿਉਂਕਿ ਮੱਝ ਚੁਆਈ ਹੋਵੇ ਜਿਹੜੀ ਤਸੱਲੀ ਗਰੰਟੀ ਹੁੰਦੀ ਬੰਨ ਪਰ 580,000 ਰੁਪਈਆ ਬਿਲਕੁਲ ਫਾਈਨਲ ਅਤੇ ਮੁਨਾਸਿਬ ਰੇਟ, ਜਿਵੇਂ ਨੀਲੀ ਦੇ ਮਾਈਨ ਲਿਬਾਸ ਸੋਹਣਾ ਹੁੰਦਾ ਵਿੱਚ ਸੋਹਣਾ ਮਾਈਨ ਲਿਬਾਸ ਐਂ ਦੋ ਚੱਕਰ ਮਾਈ ਤਾਂ ਧਾਰਾਂ ਥਣਾਂ 'ਤੇ ਆ ਗਈ ਫਿਰ ਮਾਈਨ ਥੋੜ੍ਹਾ ਬੱਚੇ ਨੇ ਮਾਰਿਆ ਬੰਦ, ਐਸਾ ਪਿਆਰਾ ਸੋਹਣਾ ਲੱਗਦਾ ਲਿਬਾਸ ਚੀਰੋ ਜੈਨੂਇਨ ਗਰੰਟੀ ਵਾਲਾ ਮਾਈ ਦਾ ਦੂਸਰਾ ਸੂਆ ਵਾ, ਤੀਸਰੇ ਵੀ ਹੋਵੇ ਤਾਂ ਵੀ ਆਪਣੀ ਤਸੱਲੀ ਗਰੰਟੀ ਹੋਵੇ ਬੰਦ।